ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਸਾਰੇ ਦੋਸਤਾਂ ਨੂੰ। ਆਪਾਂ ਆਪਣੇ ਨਵੇਂ ਸਟੈਲੀਅਨ 'ਤੇ ਰਾਈਡਿੰਗ ਕਰਨ ਲੱਗੇ ਹਾਂ। ਅਜੇ ਨਾਮ ਕੋਈ ਫਿਕਸ ਨਹੀਂ ਕੀਤਾ ਆਪਣੇ ਘੋੜੇ ਦਾ, ਅਤੇ ਨਾਮ ਹੌਲੀ ਹੌਲੀ ਰੱਖਾਂਗੇ। ਅਤੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਮੈਂ ਇਹਦਾ ਸਾਇਰ ਦੱਸਣਾ ਭੁੱਲ ਗਿਆ। ਮੈਨੂੰ ਫੋਨ ਕਮੈਂਟ ਆਏ ਵੀ ਬਾਈ ਕਿਹੜੇ ਘੋੜੇ ਦਾ ਬੱਚਾ ਤੁਸੀਂ ਦੱਸਿਆ ਨਹੀਂ। ਗਲਤੀ ਹੋ ਜਾਂਦੀ ਐਡੀਟਿੰਗ ਟਾਈਮ, ਕਈ ਵਾਰ ਆਪਾਂ ਨੂੰ ਕੁਝ ਗੱਲਾਂ ਯਾਦ ਨਹੀਂ ਰਹਿੰਦੀਆਂ, ਪਰ ਕਈ ਸੱਜਣ ਮਿੱਤਰ ਯਾਦ ਕਰਾ ਦਿੰਦੇ ਆ। ਅਤੇ ਆਪਣੇ ਘੋੜੇ ਦਾ ਸਾਇਰ ਆ ਜਿਹੜਾ, ਉਹ ਪ੍ਰਿੰਸ ਡੋਡ ਆ, ਪ੍ਰਿੰਸ ਡੋਡ ਦਾ ਬੱਚਾ ਹੈ। ਅਤੇ 4.25 ਸਾਲ ਉਮਰ ਆ, ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਦੀ ਵੀਡੀਓ 'ਚ। ਅਤੇ ਬੱਚੇ ਆਇਆ ਇਹਦੇ, ਮੈਨੂੰ 5-4 ਕੀ ਫੋਟੋਆਂ ਮਿਲੀਆਂ ਸੀਗੀਆਂ, ਅਤੇ ਉਹ ਵੀ ਮੈਂ ਜਿਸ ਦਿਨ ਆਪਾਂ ਘੋੜੇ ਨੂੰ ਲਾਂਚ ਕਰਾਂਗੇ ਮੈਂ ਫੋਟੋਆਂ ਨਾਲ ਲਾਊਂਗਾ ਇਸ ਦੀਆਂ। ਅਤੇ ਆਪਾਂ ਨੇ ਜੇ 3 ਕੁ ਘੋੜੀਆਂ 'ਤੇ ਛੱਡਿਆ ਆਪਣੇ ਕੋਲ ਲਿਆ ਕੇ, ਅੱਜ ਰਾਈਡਿੰਗ ਦੀ ਵੀਡੀਓ ਹੈ ਇਹਦੀ, ਰਾਈਡਿੰਗ ਕਰਨੀ ਆਪਾਂ ਨੇ। ਅਤੇ ਐਨ ਪੂਰੀ ਪ੍ਰੋਪਰ ਜਿਵੇਂ ਆਪਾਂ ਇਹਦੇ ਨਾਲ ਰਾਈਡਿੰਗ ਕੀਤੀ, ਜਿਵੇਂ ਇਹਦੀ ਤਿਆਰੀ ਸੈਡਲ ਵਗੈਰਾ ਬੰਨੀ, ਸਾਰੀ ਵੀਡੀਓ ਆ ਜਿਹੜੀ ਉਹ ਕੰਪਲੀਟ ਦੇਖਿਓ। ਅਤੇ ਘੋੜਾ ਸੁਭਾਅ ਪੱਖੋਂ ਬਹੁਤ ਜ਼ਿਆਦਾ ਚੰਗਾ, ਅੱਜ ਇਹਨੇ ਇਹ ਗੱਲ ਪ੍ਰੂਵ ਵੀ ਕਰਤੀ। ਨਹੀਂ, ਕੋਈ ਵੀ ਬੰਦਾ ਆਪਦੇ ਜਾਨਵਰ ਨੂੰ ਹਮੇਸ਼ਾ ਚੰਗੀ ਕਹਿੰਦਾ ਹੁੰਦਾ, ਮਾੜਾ ਕੋਈ ਨਹੀਂ ਕਹਿੰਦਾ, ਪਰ ਇਹਦੇ ਵਿੱਚ ਇੱਕ ਬਾ ਕਮਾਲ ਗੁਣ ਜਿਹੜਾ ਲੱਗਿਆ, ਉਹ ਵੀਡੀਓ 'ਚ ਅੱਗੇ ਤੁਹਾਨੂੰ ਦੇਖਣ ਨੂੰ ਮਿਲੂਗਾ, ਉਹ ਬਹੁਤ ਘੱਟ ਘੋੜਿਆਂ 'ਚ ਹੁੰਦਾ। ਜਿਵੇਂ ਆਪਣੇ ਕੋਲ ਸੁਰਜਣ ਸੀ ਪਹਿਲਾਂ, ਅਤੇ ਉਹ 'ਚ ਵੀ ਉਹ ਗੁਣ ਅਜੇ ਹੈ ਨਹੀਂ ਸੀ, ਥੋੜ੍ਹਾ ਜਿਹਾ ਅਗਰੈਸਿਵ ਜ਼ਿਆਦਾ ਸੀ, ਉਹ ਅਗਰੈਸ਼ਨ ਕਰਦਾ ਸੀ ਦੂਜੇ ਜਾਨਵਰ ਨੂੰ ਦੇਖ ਕੇ, ਉਹ ਭਾਵੇਂ ਘੋੜੀ ਹੋਵੇ ਜਾਂ ਘੋੜਾ ਹੋਵੇ। ਅਤੇ ਇਹ ਸ਼ਾਂਤ ਸੁਭਾਅ ਦਾ, ਰਾਈਡਿੰਗ ਟਾਈਮ ਪੂਰਾ ਵਧੀਆ ਰਾਈਡਿੰਗ ਕਰਾਉਂਦਾ, ਅਤੇ ਬਰੀਡਿੰਗ ਸਰਵਿਸ ਨੂੰ ਸਾਰਾ ਵਧੀਆ, ਵੀ ਸਾਰੇ ਪੱਖੋਂ ਸੰਪੂਰਨ ਆ। ਅਤੇ ਹੈ ਦਰਮਿਆਨਾ ਘੋੜਾ, ਅਤੇ ਸਾਫ ਬਹੁਤ ਆ ਘੋੜਾ, ਪਿੰਕਨੈਸ ਵਗੈਰਾ ਬਹੁਤ ਆ, ਕੰਨ ਬਹੁਤ ਚੰਗਾ ਇਹਦਾ। ਅਤੇ ਇੱਧਰ ਆਪਣੇ ਦੂਜੇ ਪਾਸੇ ਜਿੱਧਰ ਆਪਾਂ ਹੁਣ ਘੋੜਾ ਛੱਡਿਆ ਹੋਇਆ, ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਪਾਣੀ ਛਿੜਕਦਾ ਸੀਗਾ, ਉਸ ਤੋਂ ਪਹਿਲਾਂ ਗਰਦ ਮਿੱਟੀ ਬਹੁਤ ਉੱਡਰੀ ਸੀ। ਅੱਜ ਦੇਖੋ, ਜੇ ਮੈਂ ਹੁਣ ਖਰਖਰਾ ਮਾਰਨਾ ਸ਼ੁਰੂ ਕਰਿਆ, ਜਿਵੇਂ ਰਾਜਸਥਾਨ ਦੇ ਵਿੱਚ ਮਿੱਟੀ ਉੱਡਦੀ ਆ, ਐਵੇਂ ਇੱਧਰ ਮਿੱਟੀ ਉੱਡ ਰਹੀ ਸੀਗੀ। ਪਰ ਮੈਂ ਸੋਚਿਆ ਵੀ ਜਦ ਆਪਾਂ ਵੀਡੀਓ ਸ਼ੂਟ ਕਰਾਂਗੇ, ਜਦ ਗਰਦ ਨਾ ਪਵੇ, ਮਿੱਟੀ ਨਾ ਆਵੇ, ਕਿਉਂਕਿ ਜਦੋਂ ਸੁੰਬ ਵਗੈਰਾ ਥੱਲੇ ਮਾਰਦਾ ਜਾਨਵਰ ਤਾਂ ਮਿੱਟੀ ਬਹੁਤ ਉੱਡਦੀ ਆ। ਅਤੇ ਵੈਸੇ ਵੀ ਹੁਣ ਪੈਡਕ ਦੇ ਮਾੜਾ ਮੋਟਾ ਛਿੜਕਾਅ ਕਰਦਿਆ ਕਰੋ ਵਿੱਚ, ਉਹਦੇ ਨਾਲ ਫਰਕ ਰਹਿੰਦਾ। ਘੋੜੇ ਦੇ ਖਰਖਰਾ ਮਤਲਬ ਮੋਟਾ ਮੋਟਾ ਜੀ ਮਾਰਿਆ, ਕੋਈ ਬਾਹਲੀ ਰੀਝ ਨਹੀਂ ਲਾਈ ਆਪਾਂ ਨੇ, ਕਿਉਂਕਿ ਸ਼ਾਮ ਦਾ ਟਾਈਮ ਹੋਣ ਕਰਕੇ ਮੈਨੂੰ ਰਾਈਡਿੰਗ ਦਾ ਥੋੜ੍ਹਾ ਜਿਹਾ ਲਾਲਚ ਜ਼ਿਆਦਾ ਸੀ। ਅਤੇ ਹਨੇਰਾ ਹੋਣ 'ਚ ਵੀ ਥੋੜ੍ਹਾ ਸਮਾਂ ਬਾਕੀ ਸੀ, ਪਰ ਮੌਸਮ ਬਿਲਕੁਲ ਠੰਡਾ ਹੋਣ ਕਰਕੇ ਮੈਂ ਸੋਚਿਆ ਵੀ ਅੱਜ ਪੂਰੀ ਲੰਮੀ ਰਾਈਡ ਆ ਜਿਹੜੀ ਇਹਦੇ ਨਾਲ ਕੀਤੀ ਜਾਵੇ। ਪਹਿਲੀ ਲੌਂਗ ਰਾਈਡ ਆ ਆਪਣੀ ਇਸ ਘੋੜੇ ਦੇ ਨਾਲ ਸਭ ਤੋਂ, ਕਿਉਂਕਿ ਸੁਰਜਣ 'ਤੇ ਮੈਂ 15 ਕਿਲੋਮੀਟਰ ਕਰਦਾ ਸੀ, ਇਹ 'ਤੇ ਆਪਾਂ ਨੇ ਅੱਜ ਤਕਰੀਬਨ 17-18 ਕਿਲੋਮੀਟਰ ਰਾਈਡ ਆ ਜਿਹੜੀ ਕੀਤੀ ਆ ਇਸ ਘੋੜੇ 'ਤੇ ਆਪਾਂ ਨੇ ਅੱਜ। ਮੈਨੂੰ ਬਹੁਤ ਆਨੰਦ ਆਇਆ, ਤੁਹਾਨੂੰ ਵੀ ਵੀਡੀਓ ਦੇਖ ਕੇ ਪੂਰਾ ਨਜ਼ਾਰਾ ਆਊਗਾ। ਅਤੇ ਘੋੜੀਆਂ 'ਤੇ ਆਪਾਂ ਜਿਵੇਂ ਗੱਭਣ ਹੁੰਦੀਆਂ ਨੇ, ਹੁਣ ਜਾਰਾ ਉਹ 'ਤੇ ਆਪਾਂ ਇੰਨੀ ਲੰਮੀ ਰਾਈਡ ਨਹੀਂ ਕਰ ਸਕਦੇ, ਆਪਾਂ ਰਿਸਕ ਨਹੀਂ ਲੈ ਸਕਦੇ। ਮੁੱਕਦੀ ਗੱਲ ਇਹ ਆ, ਕਿਉਂਕਿ ਜਦੋਂ ਗੱਭਣ ਹੁੰਦਾ ਆਪਣਾ ਜਾਨਵਰ, ਅਤੇ ਕੁਛ ਆਵਾਜਾਈ ਦੇ ਸਾਧਨ ਆ ਜਿਹੜੇ ਵੱਧ ਗਏ ਬਹੁਤ ਜ਼ਿਆਦਾ, ਜਿਹੜਾ ਇੱਕ ਟ੍ਰੇਨਡ ਘੋੜਾ ਹੁੰਦਾ ਰਾਈਡਿੰਗ ਵਾਸਤੇ, ਅਤੇ ਉਸ ਨੂੰ ਹੀ ਆਪਾਂ ਬਾਹਰ ਵਰਤ ਸਕਦੇ ਹਾਂ ਲੌਂਗ ਰਾਈਡ ਦੇ ਉੱਪਰ, ਕਿਉਂਕਿ ਵਾਹਨ ਕਈ ਵਾਰ ਵੱਡੇ ਹੁੰਦੇ ਆ, ਜਿਵੇਂ ਜਾਂ ਕੰਬਾਈਨਾਂ ਟਰੱਕ ਟਰੈਕਟਰ ਲੰਘਦੇ ਆ ਕੋਲ ਨੂੰ। ਅੱਜ ਕੱਲ੍ਹ ਮੈਂ ਇੱਕ ਗੱਲ ਵੀਡੀਓ 'ਚ ਕਰਨੀ ਵੀ ਚਾਹੂੰਗਾ, ਭਾਵੇਂ ਕਿਸੇ ਭਰਾ ਨੂੰ ਗੁੱਸਾ ਲੱਗੇ, ਅਤੇ ਲੋਕ ਜਾਣ ਬੁੱਝ ਕੇ ਯਾਰ ਬਿਲਕੁਲ ਖਹਿ ਕੇ ਲੰਘਾਉਂਦੇ ਆ ਕੋਲੋਂ, ਭਾਵੇਂ ਕਿਸੇ ਦੇ ਹਾਲ ਪਾਏ ਹੋਣ ਪਿੱਛੇ ਜਾਂ ਕੁਛ ਹੋਰ ਹੋਵੇ। ਗੱਡੀਆਂ ਵਾਲੇ ਭਰਾ ਵੀ ਕੀ ਕਰਦੇ, ਜੇ ਘੋੜਾ ਜਾ ਰਿਹਾ ਹੁੰਦਾ ਅੱਗੇ, ਕਿਉਂਕਿ ਜਦ ਸੈਂਟਰ 'ਚ ਘੋੜਾ ਤੋਰਿਆ ਆਪਾਂ ਸਾਈਡ 'ਤੇ ਕਰਾਂਗੇ, ਥੋੜ੍ਹਾ ਟਾਈਮ ਤਾਂ ਲੱਗਦਾ, ਇਹਦਾ ਕੋਈ ਸਟੇਅਰਿੰਗ ਤਾਂ ਹੁੰਦਾ ਨਹੀਂ, ਵੀ ਇੱਕੋ ਦਮ ਜਿਹੜਾ ਆਪਾਂ ਮੋੜਿਆ ਤਾਂ ਇਹ ਸਾਈਡ ਨੂੰ ਹੋ ਜਾਣਾ ਇਹਨੇ। ਤਾਂ ਜਿਵੇਂ ਘੋੜਾ ਅਰੇਬੀਆ ਤੁਰਦਾ ਹੁੰਦਾ, ਅਰੇਬੀਆ ਤੁਰਦਾ ਤੁਰਦਾ ਘੋੜਾ ਇੱਕਦਮ ਤਾਂ ਆਪਾਂ ਸਾਈਡ 'ਤੇ ਨਹੀਂ ਕਰ ਸਕਦੇ, ਹੈ ਨਾ, ਉਹਨੂੰ ਪਹਿਲਾਂ ਕੰਟਰੋਲ ਕਰਾਂਗੇ, ਕੰਟਰੋਲ ਕਰਕੇ ਉਹਨੂੰ ਫਿਰ ਸਾਈਡ 'ਤੇ ਕਰਾਂਗੇ, ਫਿਰ ਵਾਹਣ ਲੰਘੂਗਾ ਕੋਲੋਂ। ਪਰ ਕਈ ਭਰਾ ਕੀ ਕਰਦੇ ਆ ਵੀ ਘੋੜੇ ਦੀਆਂ ਬਿਲਕੁਲ ਪਿਛਲੀਆਂ ਲੱਤਾਂ ਕੋਲ ਆ ਕੇ ਹਾਰਨ ਮਾਰਦੇ ਆ, ਅਤੇ ਇਹ ਯਾਰ ਬਹੁਤ ਗਲਤ ਆ, ਕਿਉਂਕਿ ਇਹ ਬੇਜ਼ਬਾਨ ਨੇ ਯਾਰ, ਹੈ ਨਾ। ਜੇ ਰੱਬ ਨਾ ਕਰੇ ਕੋਈ ਸੱਟ ਫੇਟ ਵੱਜ ਜਾਵੇ, ਜਿਹੜਾ ਮਾਲਕ ਦਾ ਨੁਕਸਾਨ ਆ ਚਲੋ ਤਾਂ ਵੱਖ ਗੱਲ ਆ, ਕੋਈ ਚੱਕਰ ਨਹੀਂ, ਪਰ ਯਾਰ ਜਾਨਵਰ ਤਕਲੀਫ 'ਚ ਆਊਗਾ, ਅਤੇ ਉਹਦਾ ਦੁੱਖ ਤੁਹਾਨੂੰ ਪਤਾ ਹੀ ਆ ਵੀ ਫਿਰ ਸਭ ਨੂੰ ਹੀ ਹੁੰਦਾ, ਅਤੇ ਪਰਮਾਤਮਾ ਵੀ ਉਹ ਬੰਦੇ ਨੂੰ ਮਾਫ਼ ਨਹੀਂ ਕਰਦਾ ਜਿਹੜਾ ਜਾਨਵਰ ਨੂੰ ਦੁੱਖ ਦੇਵੇ। ਇਹਦੇ ਸੈਡਲ ਬੰਨ ਲਈ, ਪਹਿਲਾਂ ਮੇਰੀ ਸਲਾਹ ਸੀ ਵੀ ਇਹਦੇ ਉੱਪਰ ਗੱਦੀ ਪਾਵਾਂ ਮੈਂ, ਪਰ ਫਿਰ ਮੈਂ ਸੈਡਲੇ ਬੰਨ ਲਈ ਵੀ ਲੰਮੀ ਰਾਈਡ ਆ, ਕਈ ਵਾਰ ਕਿਉਂਕਿ ਫਸਟ ਰਾਈਡ ਸੀ ਮੇਰੀ, ਆਪਦੀਆਂ ਵੀ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਜਦੋਂ ਆਪਾਂ ਉਹਦੇ ਗੱਦੀ ਦੇ ਉੱਪਰ ਰਾਈਡ ਕਰਦੇ ਹਾਂ, ਕਿਉਂਕਿ ਲੱਤਾਂ ਫ੍ਰੀ ਹੁੰਦੀਆਂ ਨੇ ਆਪਣੀਆਂ। ਅਤੇ ਇਹਨੂੰ ਸੈਡਲ ਨੂੰ ਕੱਸਣ ਦਾ ਤਰੀਕਾ ਹੋਰ ਆ, ਪਹਿਲਾਂ ਮੈਂ ਮੁੰਡੇ ਨੂੰ ਬਿਠਾਤਾ ਸੀ ਭਰਾ ਨੂੰ, ਇਹ ਜਦੋਂ ਉੱਪਰ ਬੈਠਿਆ ਤਾਂ ਸੈਡਲ ਆ ਜਿਹੜੀ ਹੋਰ ਨੀਚੇ ਨੂੰ ਪ੍ਰੈੱਸ ਹੋ ਗਈ, ਉਹਦੇ ਨਾਲ ਕੀ ਆ ਵੀ ਤੰਗ ਆ ਜਿਹੜੀ ਉਹ ਫੁੱਲੀ ਟਾਈਟ ਹੋ ਗਈ ਐਨ ਪੂਰੀ,
ਵੀ ਫਿਰ ਕੋਈ ਗੁੰਜਾਇਸ਼ ਨਹੀਂ ਰਹਿੰਦੀ ਹੈਗੀ ਵੀ ਆਪਣੀ ਸੈਡਲ ਜਦੋਂ ਘੋੜੇ 'ਤੇ ਆਪਾਂ ਰਾਈਡ ਕਰੀਏ ਢਿੱਲੀ ਹੋ ਜਾਵੇ। ਕਈ ਵਾਰ ਕੀ ਕਰਦੇ ਆਪਾਂ ਸੈਡਲ ਆਪਣੇ ਵੱਲੋਂ ਪੂਰੀ ਐਨ ਟਾਈਟ ਕਰ ਲੈਂਦੇ ਹਾਂ ਵੀ ਹਾਂ ਐਨ ਤਸੱਲੀ ਕਰ ਲਈ, ਪਰ ਜਿਵੇਂ ਜਿਵੇਂ ਆਪਾਂ ਰਾਈਡ ਕਰਦੇ ਹਾਂ ਜਦ ਉੱਪਰੋਂ ਪ੍ਰੈਸ਼ਰ ਪੈਂਦਾ ਤਾਂ ਜਿਹੜੀ ਸੈਡਲ ਆ ਉਹ ਨੀਚੇ ਨੂੰ ਖੁੱਲ੍ਹ ਜਾਂਦੀ ਆ। ਇਹ ਵਾਲੀ ਵਧੀਆ ਸੈਡਲ ਤਾਂ ਨਹੀਂ ਹੈਗੀ, ਵੈਸਟਰਨ ਸੈਡਲਾਂ ਜਿਵੇਂ ਹੁੰਦੀਆਂ ਨੇ, ਪਰ ਠੀਕ ਆ ਫਿਰ ਵੀ। ਅਤੇ ਆਹ ਦੇਖੋ ਸਾਊ ਸੀਲ ਬਹੁਤ ਆ, ਕੱਲ੍ਹ ਮੈਂ ਸਾਰਾ ਕੁਛ ਇਹਦੇ ਨਾਲ ਕਰਕੇ ਦੇਖਿਆ, ਇਹਦੀ ਪੂੰਛ ਪਾਂਛ ਖਿੱਚ ਕੇ ਯਾਰ ਘੋੜਾ ਬਾਕੀ ਦਿਲ ਜਿੱਤਦਾ। ਇਹ ਸੁਭਾਅ ਬਹੁਤ ਸੋਹਣਾ ਸੁਭਾਅ ਯਾਰ ਇਸ ਘੋੜੇ ਦਾ, ਘੋੜੀਆਂ ਵਰਗਾ ਸੁਭਾਅ। ਅਤੇ ਇਹੋ ਜਿਹੇ ਘੋੜੇ ਬਹੁਤ ਘੱਟ ਮਿਲਦੇ ਹੁੰਦੇ ਇਹੋ ਜਿਹੇ ਸੁਭਾਅ ਦੇ। ਤਕਰੀਬਨ ਜਿਹੜੇ ਸਟੈਲੀਅਨ ਹੁੰਦੇ ਆ ਨਾ, ਥੋੜ੍ਹਾ ਜਿਹਾ ਅਗਰੈਸਿਵ ਆਪਦਾ ਮਤਲਬ ਵੀ ਸਟੱਟ ਪਣਾ ਦਿਖਾਉਂਦੇ ਹੁੰਦੇ ਵੀ ਹਾਂ ਭਾਈ ਅਸੀਂ ਸਟੈਲੀਅਨ ਹਾਂ, ਪਰ ਇਹ ਭਗਤ ਆ ਯਾਰ ਵਿਚਾਰਾ ਬੜਾ ਸਾਊ ਆ। ਅਤੇ ਇਸ ਕਰਕੇ ਜਿਹੜੀ ਜਿਹੜੀ ਆਪਾਂ ਨੂੰ ਚੀਜ਼ ਚਾਹੀਦੀ ਹੁੰਦੀ, ਜਿਵੇਂ ਰਾਈਡਿੰਗ ਦਾ ਮੇਨ, ਮੈਨੂੰ ਜਦੋਂ ਦਾ ਮੈਂ ਘੋੜੇ 'ਤੇ ਪਹਿਲਾਂ ਮੈਂ ਯਾਰਾਂ ਦੋਸਤਾਂ ਦੇ ਘੋੜਿਆਂ 'ਤੇ ਬੜੀ ਰਾਈਡ ਕੀਤੀ ਆ, ਵਧੀਆ ਲੱਗਦਾ ਸੀ, ਮੇਰੇ ਕੋਲ ਘੋੜੀਆਂ ਰਹੀਆਂ ਨੇ ਹੁਣ ਤੱਕ ਜਿੰਨੀਆਂ ਵੀ ਰਹੀਆਂ ਨੇ। ਵਸੁੰਧਰਾ 'ਤੇ ਵੀ ਮੈਨੇ ਬਹੁਤ ਲੰਮੀ ਰਾਈਡ ਕੀਤੀ ਆ, ਉਹ ਕਰਮ ਵਾਲੀ ਇਹੋ ਜਿਹੀ ਘੋੜੀ ਸੀ ਵੀ ਉਹ 'ਤੇ ਮੈਂ 20 ਕਿਲੋਮੀਟਰ ਗੱਬਣ ਹੋਣ ਦੇ ਬਾਵਜੂਦ ਵੀ ਮੈਂ ਉੱਥੇ ਰਾਈਡ ਕਰਦਾ ਰਿਹਾ। ਚਲੋ ਜਿਵੇਂ ਹੁਣ ਮੈਂ ਤੁਹਾਨੂੰ ਕਹਿ ਰਿਹਾ ਵੀ ਜਾਰਾ ਆਪਣੀ ਹੈ ਨਾ, ਵੀ ਇਹਨੂੰ ਜ਼ਿਆਦਾ ਤੋਰ ਨਹੀਂ ਸਕਦੇ, ਇੱਕ ਮਨ 'ਚ ਡਰ ਹੋ ਜਾਂਦਾ, ਪਰ ਵਸੁੰਧਰਾ ਤੁਰਦੀ ਇੱਕ ਵਧੀਆ ਸੀ। ਪਰ ਜਿਸ ਦਿਨ ਉਹਨੇ ਮਤਲਬ ਮੇਰੇ ਕੋਲ ਬਸ਼ੇਰਾ ਦਿੱਤਾ ਸੀ ਇੱਕ ਪਹਿਲਾਂ, ਉਹ ਰਾਤ ਨੂੰ ਸੂਈ, ਉਸ ਰਾਤ ਨੂੰ ਮਤਲਬ ਸ਼ਾਮ ਨੂੰ ਮੈਂ ਉਹਨੂੰ 15-16 ਕਿਲੋਮੀਟਰ ਤੋਰ ਕੇ ਪੂਰਾ ਵਧੀਆ ਐਨ ਲਿਆ ਕੇ ਬੰਨਿਆ, ਉਹਨੇ ਦਾਣਾ ਖਾਧਾ ਵਧੀਆ ਐਨ ਖਰਖਰਾ ਬੁਰਸ਼ ਕੀਤਾ, ਅਤੇ ਰਾਤ ਨੂੰ ਤਕਰੀਬਨ ਉਹ 3-4 ਵਜੇ ਸੂਈ ਆ। ਸਵੇਰੇ ਮੈਂ 4-4:30 ਵਜੇ ਆ ਕੇ ਦੇਖਿਆ ਜਦ ਜੇਰ ਪਈ ਹੋਈ ਸੀ, ਬੱਚਾ ਉਹਦਾ ਐਂ ਖੇਡਦਾ ਫਿਰਦਾ ਸੀ ਨਾਲ ਉਹਦੇ, ਵੀ ਇਹੋ ਜਿਹਾ ਕੋਈ ਵਹਿਮ ਨਹੀਂ ਹੁੰਦਾ ਵੀ ਗੱਬਣ ਘੋੜਿਆਂ ਨੂੰ ਆਪਾਂ ਵੱਧ ਨਹੀਂ ਤੋਰ ਸਕਦੇ। ਪਰ ਹਾਂ, ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਜਦੋਂ ਪ੍ਰੈਕਟਿਸ ਜਾਨਵਰ ਦੀ ਲਗਾਤਾਰ ਹੋਵੇ, ਡੇਲੀ ਹੋਵੇ, ਉਸੇ ਜਾਨਵਰ ਨੂੰ ਆਪਾਂ ਤੋਰ ਸਕਦੇ ਹਾਂ। ਇਹ ਨਹੀਂ ਹੈਗਾ ਵੀ ਆਪਣਾ ਜਾਨਵਰ ਕਾਫੀ ਲੰਮੇ ਸਮੇਂ ਤੋਂ ਵਿਹਲਾ ਖੜਾ, ਆਪਾਂ ਇੱਕੋ ਦਿਨ ਉਹਨੂੰ 15-20 ਕਿਲੋਮੀਟਰ 30 ਕਿਲੋਮੀਟਰ ਰਾਈਡ ਕਰ ਦੀ, ਉਹਦੇ ਨਾਲ ਜਾਨਵਰ ਜਕੜਿਆ ਜਾਂਦਾ। ਜਿਵੇਂ ਮੰਨ ਲਓ ਘੋੜੀ ਗੱਬਣ ਆਪਣੀ ਕੋਈ ਵਧੀਆ ਤੁਰਦੀ ਆ, ਰੇਵੀਆ ਗੱਬਣਾ, ਉਹ 2 ਮਹੀਨਿਆਂ ਦੀ ਜਨਮਦੀ ਆ, ਉਹਨੂੰ 1-2 ਕਿਲੋਮੀਟਰ ਤੋਂ ਸਟਾਰਟ ਕਰੋ, 5-7 ਕਿਲੋਮੀਟਰ 'ਤੇ ਲੈ ਕੇ ਜਾਓ, ਉਹਦੀ ਖੁਰਾਕ ਉਸ ਹਿਸਾਬ ਦੀ ਰੱਖੋ, ਉਹਦੇ ਪਾਣੀ ਦਾ ਧਿਆਨ ਰੱਖੋ ਵੀ ਹਾਂ ਸਾਡਾ ਜਾਨਵਰ ਡੀਹਾਈਡਰੇਟ ਵਗੈਰਾ ਨਾ ਹੋਵੇ। ਉਹਦੇ ਨਾਲ ਕੀ ਹੁੰਦਾ ਵੀ ਜਦੋਂ ਰੂਟੀਨ ਬਣ ਜਾਂਦਾ ਕਿਸੇ ਵੀ ਜਾਨਵਰ ਦਾ, ਰੂਟੀਨ ਬਣਨ ਦੇ ਨਾਲ ਕੀ ਹੁੰਦਾ ਫਿਰ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ, ਉਹਦਾ ਰੂਟੀਨ ਬਣਿਆ, ਉਹਦੀ ਬੋਡੀ ਹੈ ਜਿਹੜੀ ਉਸ ਹਿਸਾਬ ਦੇ, ਉਹਦੇ ਮਸਲ ਹੁੰਦੇ ਆ ਉਹਦੇ ਪੱਕੇ ਹੋ ਜਾਂਦੇ ਆ, ਮਤਲਬ ਮਜ਼ਬੂਤ ਹੋ ਜਾਂਦੇ। ਜਿਵੇਂ ਜਿੰਮ ਵਾਲੇ ਦਾ ਅਕਸਰ ਦੇਖਦੇ ਹਾਂ, ਕਿਹੜਾ ਮੈਂ ਮਤਲਬ ਇੱਕ ਜਿੰਮ ਦੇ ਵਿੱਚ ਫੋਰਨਰ ਕੋਈ ਜਿੰਮ ਲਾਉਂਦੀ ਦੇਖੀ, ਤਕਰੀਬਨ 8 ਮਹੀਨਿਆਂ ਦੀ ਪ੍ਰੈਗਨੈਂਟ, ਅਤੇ ਉਹ ਚੀਜ਼ ਨੂੰ ਦੇਖੋ ਅਤੇ ਆਪਣੇ ਪੰਜਾਬ 'ਚ ਜਾਂ ਹੋਰ ਆਲ ਓਵਰ ਲਾ ਲਓ, ਜਦੋਂ ਵੀ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਆ ਤਾਂ ਜਿੰਮ ਲਾਉਣਾ, ਸਕੈਟ ਲਾਉਣਾ ਤਾਂ ਦੂਰ ਦੀ ਗੱਲ, ਉਹਨੂੰ ਬੈੱਡ ਰੈਸਟ ਹੀ ਦੱਸ ਦਿੱਤੀ ਜਾਂਦੀ ਆ। ਇਸ ਕਰਕੇ ਜਿਵੇਂ ਦਾ ਸਰੀਰ ਆਪਾਂ ਬਣਾਉਂਦੇ ਹਾਂ ਆਪਣਾ, ਉਵੇਂ ਦਾ ਹੀ ਬਣ ਜਾਂਦਾ। ਸੁਖਲ ਬਣਾਉਂਦੇ ਹਾਂ ਤਾਂ ਸੁਖਲ ਬਣ ਜਾਂਦਾ, ਜੇ ਆਪਾਂ ਉਹਨੂੰ ਕਠਿਨ ਰੱਖਦੇ ਹਾਂ, ਕੰਮ ਕਰਦੇ ਰਹਿੰਦੇ ਹਾਂ ਤਾਂ ਉਹੋ ਜਿਹਾ ਬਣ ਜਾਂਦਾ। ਉਹੀ ਗੱਲਬਾਤ ਆ ਜਿਹੜੀ ਬਿਲਕੁਲ ਜਾਨਵਰਾਂ ਦੇ ਵਿੱਚ ਸੇਮ। ਅਤੇ ਇਹ ਘੋੜੇ ਨੂੰ ਪਹਿਲਾਂ ਥੋੜ੍ਹੇ ਦਿਨ ਤਾਂ ਮੈਂ ਥੋੜ੍ਹੀ ਥੋੜ੍ਹੀ ਰਾਈਡ ਕਰਕੇ ਦੇਖੀ ਵੀ ਹਾਂ ਕਿਵੇਂ ਆ, ਵੀ ਜ਼ਿਆਦਾ ਥਕਾਵਟ ਤਾਂ ਨਹੀਂ ਮੰਨਦਾ, ਕਈ ਵਾਰ ਘੋੜਾ ਖਿੱਚਿਆ ਜਾਂਦਾ, ਤਾਂ ਇਹਨੇ ਇਹੋ ਜਿਹੀ ਕੋਈ ਵੀ ਐਂ ਥਕਾਵਟ ਵਗੈਰਾ ਬਿਲਕੁਲ ਨਹੀਂ ਮੰਨੀ ਹੈਗੀ ਘੋੜੇ ਨੇ, ਫਿਰ ਮੈਨੂੰ ਪੂਰਾ ਭਰੋਸਾ ਹੋ ਗਿਆ। ਜਦੋਂ ਰਸਤਿਆਂ ਦੇ ਵਿੱਚ ਮੈਂ ਜਾ ਰਿਹਾ ਸੀ ਤਾਂ ਸੈਦੀਪੁਰ ਨੂੰ ਹੋ ਕੇ ਲੰਘਿਆ, ਉੱਥੇ ਜਗਰਾਜ ਉਹਨਾਂ ਨੇ ਆਪਣੀਆਂ ਘੋੜੀਆਂ ਹੋਲਡ ਰੱਖੀਆਂ ਸੀ, ਅਤੇ ਗੋਪੀ ਉਹਦੇ ਵਾਲੀ ਨੁਕਰੀ ਘੋੜੀ 'ਤੇ ਚੜਿਆ ਫਿਰਦਾ ਸੀ, ਅਤੇ ਮੈਂ ਉਹਨੂੰ ਔਫਰ ਕੀਤਾ ਵੀ ਅੱਜ ਆਪਾਂ ਦੋਵੇਂ ਰਾਈਡ ਕਰਕੇ ਆਉਂਦੇ ਹਾਂ। ਉਹਨੇ ਵੀ ਮੇਰੇ ਨਾਲ ਮੈਨੂੰ ਲੱਗਦਾ 6-7 ਕਿਲੋਮੀਟਰ ਦਾ ਜਿਹੜਾ ਏਰੀਆ ਕਵਰ ਕੀਤਾ, ਉਸ ਤੋਂ ਬਾਅਦ ਉਹਦੇ ਪਿੰਡ ਵਾਪਸ ਹੋ ਕੇ ਮੈਂ ਫਿਰ ਲੰਮੇ ਰੂਟ 'ਤੇ ਚਲਿਆ ਗਿਆ ਸੀ। ਅਤੇ ਉਸਦੀ ਘੋੜੀ ਮਤਲਬ ਘੋੜੇ ਨਾਲ ਤੁਰਦੀ ਗਈ। ਅਤੇ ਇਸ ਘੋੜੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਬਹੁਤ ਚੰਗਾ ਗੁਣਾ, ਦੂਜੇ ਘੋੜਿਆਂ ਨਾਲ ਘੋੜੇ ਬਹੁਤ ਘੱਟ ਰਾਈਡ ਕਰਦੇ ਹੁੰਦੇ ਆ ਆਸਟ੍ਰੇਲੀਅਨ, ਜਿਹੜੇ ਤਾਂ ਕਦੇ ਘੋੜੀਆਂ 'ਤੇ ਨਾ ਛੱਡੇ ਹੋਣ ਬਿਲਕੁਲ, ਉਹ ਘੋੜੀਆਂ ਨਾਲ ਅਤੇ ਘੋੜੇ ਨਾਲ ਮਤਲਬ ਆਰਾਮ ਨਾਲ ਰਾਈਡ ਕਰੀ ਜਾਂਦੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਅਦਰਵਾਈਜ਼ ਤਾਂ ਘੋੜੇ ਨੂੰ ਗਾਈਡ ਕਰਨਾ ਪੈਂਦਾ ਜੇ ਆਪਾਂ ਨੇ ਲੌਂਗ ਰਾਈਡ ਕਰਨੀ ਆ ਘੋੜਿਆਂ ਨਾਲ, ਦੂਜਿਆਂ ਨਾਲ ਜਾਂ ਘੋੜੀਆਂ ਨਾਲ, ਵੀ ਆਪਦਾ ਅਗਰੈਸਿਵਪਣਾ ਜਿਹਾ ਹੁੰਦਾ ਜਿਹੜਾ, ਉਹ ਘੋੜੇ ਛੱਡਦੇ ਨਹੀਂ ਹੁੰਦੇ ਜਿੰਨਾ ਟਾਈਮ ਸਟੱਡ 'ਚ ਹੁੰਦੇ ਆ ਘੋੜੇ। ਅਤੇ ਪਰ ਇਹਨੇ ਇਹੋ ਜਿਹੀ ਕੋਈ ਵੀ ਗੱਲ ਨਹੀਂ ਕਰੀ, ਘੋੜੀ ਉਹਦੇ ਵਾਲੀ ਅੰਦਰੋਂ ਜਦ ਬਾਹਰ ਕੱਢ ਰਹੇ ਸੀ ਤਾਂ ਮੈਂ ਸਾਈਡ ਨੂੰ ਤੋਰ ਕੇ ਦੇਖਿਆ ਘੋੜਾ, ਵੀ ਕੋਈ ਗਲਤ ਹਰਕਤ ਤਾਂ ਨਹੀਂ ਕਰਦਾ, ਮੈਨੂੰ ਗੇਰਨ ਦੀ ਕੋਸ਼ਿਸ਼ ਤਾਂ ਨਹੀਂ ਕਰਦਾ, ਪਰ ਘੋੜੇ ਨੇ ਇਹੋ ਜਿਹਾ ਕੁਛ ਵੀ ਨਹੀਂ ਕੀਤਾ। ਅਤੇ ਉਹਦੀ ਘੋੜੀ ਸਾਹਮਣੇ ਖੜ੍ਹੀ ਸੀ, ਪਹਿਲਾਂ ਮੈਂ ਟਰਾਈ ਲਈ ਇੱਕ ਦੋ ਸਾਈਡਨ ਤੋਰ ਕੇ, ਮੈਂ ਇਹ ਨਹੀਂ ਹੋਇਆ ਵੀ ਉਹਨੂੰ ਸਿੱਧਾ ਕਹਿ ਵੀ ਤੂੰ ਨਾਲ ਘੋੜੀ ਤੋਰ ਲੈ, ਕਿਉਂਕਿ ਆਪਾਂ ਰਿਸਕ ਨਹੀਂ ਲੈ ਸਕਦੇ ਕਿਸੇ ਦੇ ਜਾਨਵਰ ਦਾ ਜਾਂ ਆਪਦੇ ਜਾਨਵਰ ਦਾ। ਪਰ ਘੋੜੀ ਬਰਾਬਰ ਤੁਰੀ, ਮਾੜਾ ਮੋਟਾ ਇਹਨੇ ਜ਼ਰੂਰ ਕਰਿਆ, ਪਰ ਇੰਨਾ ਨਹੀਂ ਵੀ ਆਊਟ ਆਫ ਕੰਟਰੋਲ ਨਹੀਂ ਹੋਇਆ ਹੈਗਾ ਘੋੜਾ ਇਹ।
ਅਤੇ ਇਹਦਾ ਸੁਭਾਅ ਪੱਖੋਂ ਮੈਨੂੰ ਇਹ ਚੰਗਾ ਲੱਗਿਆ। ਆਹ ਦੇਖੋ ਹੁਣ ਘੋੜੀ ਪਿੱਛੇ ਤੁਰੀ ਆ ਰਹੀ ਆ, ਥੋੜ੍ਹਾ ਜਿਹਾ ਧਿਆਨ ਤਾਂ ਇਹਦਾ ਪਿੱਛੇ ਜ਼ਰੂਰ ਸੀ, ਪਰ ਇਹਨੂੰ ਰਾਈਡਿੰਗ ਦੇ ਵਿੱਚ ਇਹਨੇ ਕੋਈ ਵੀ ਮੈਨੂੰ ਐਸਾ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ। ਵਧੀਆ ਤਰੀਕੇ ਨਾਲ ਆਪਣਾ ਘੋੜਾ ਇਹ ਤੁਰਦਾ ਗਿਆ, ਅਤੇ ਇਹ ਬਹੁਤ ਚੰਗੀ ਗੱਲ ਆ, ਕਿਉਂਕਿ ਆਉਣ ਵਾਲੇ ਟਾਈਮ 'ਚ ਜਿਵੇਂ ਹੁਣ ਮਈ ਦਾ ਮਹੀਨਾ ਹੋਊ, ਸਵੇਰੇ ਜਾਂ ਸ਼ਾਮ ਠੰਡ ਹੁੰਦੀ ਆ, ਮੱਖੀ ਮੱਛਰ ਜਿਹੜਾ ਘੱਟ ਜਾਂਦਾ, ਲੋਆਂ ਚੱਲਣਗੀਆਂ, ਮੱਛਰ ਵੀ ਘੱਟ ਜੂ, ਹੁਣ ਮੱਖ ਤਾਂ ਜ਼ਰੂਰ ਹੋ ਰਿਹਾ ਕਿਉਂਕਿ ਬਾਰਿਸ਼ ਤਕਰੀਬਨ ਇੱਕ ਦੋ ਦਿਨ ਛੱਡ ਕੇ ਹੋ ਹੀ ਰਹੀ ਆ, ਹਰ ਰੋਜ਼ ਹੁੰਦੀ ਆ। ਅਤੇ ਜਿਹੜਾ ਸ਼ਾਮ ਵਾਲਾ ਮੌਸਮ ਸੀ, ਮੇਰਾ ਇੱਕਦਮ ਮੂਡ ਬਣਿਆ ਰਾਈਡ ਕਰਨ ਦਾ, ਕਿਉਂਕਿ ਹਲਕੀ ਹਲਕੀ ਬਿਜਲੀ ਲਿਸ਼ਕ ਰਹੀ ਸੀ, ਸ਼ਾਮ ਦਾ ਟਾਈਮ ਸੀ, 6-7 ਵਜੇ ਹੋਏ ਸੀ, ਅਤੇ ਇਹੋ ਜਿਹੇ ਮੌਸਮ 'ਚ ਰਾਈਡ ਕਰਨ ਦਾ ਬਹੁਤ ਨਜ਼ਾਰਾ। ਅਤੇ ਦੂਜੀ ਗੱਲ, ਘੋੜੇ ਨੂੰ ਵੀ ਨਜ਼ਾਰਾ, ਕਿਉਂਕਿ ਜ਼ਿਆਦਾ ਪਸੀਨਾ ਨਹੀਂ ਆਉਂਦਾ ਅਤੇ ਉਹਨਾਂ ਨੂੰ ਜ਼ਿਆਦਾ ਕੋਈ ਡੀਹਾਈਡਰੇਟ ਦੀ ਪ੍ਰੋਬਲਮ ਨਹੀਂ ਘੋੜੇ ਨੂੰ ਆਉਂਦੀ। ਮੌਸਮ ਸੋਹਣਾ ਸੀ ਅਤੇ ਰਾਈਡ ਮੇਰੀ ਲੰਮੀ ਹੋਣ ਕਰਕੇ ਮੈਨੂੰ ਤਾਂ ਪੂਰਾ ਹਨੇਰਾ ਹੋ ਗਿਆ ਸੀਗਾ, ਅਤੇ ਉਹ ਵੀ ਅੱਗੇ ਕਲਿੱਪ ਸਾਰੇ ਮੈਂ ਲਾਏ ਹੋਏ ਨੇ। ਅਤੇ ਘੋੜਾ ਪਹਿਲਾਂ ਤਾਂ 3-4 ਕਿਲੋਮੀਟਰ ਮੈਂ ਨੋਰਮਲ ਤੋਰਿਆ, ਉਸ ਤੋਂ ਬਾਅਦ ਥੋੜ੍ਹਾ ਸਪੀਡ ਫੜ ਲੈਂਦਾ ਸੀਗਾ, ਫਿਰ ਰੁਕਦਾ ਸੀ ਮੈਂ। ਅਤੇ ਆਪਣੇ ਘੋੜੇ ਨਾਲ ਮਤਲਬ ਵੀ ਮੈਨੇ ਪੂਰਾ ਇੰਜੋਏ ਕੀਤਾ ਰਾਈਡ ਨੂੰ, ਅਤੇ ਇਹਦੇ ਨਾਲ ਬੌਂਡਿੰਗ ਆ ਜਿਹੜੀ ਮੇਰੀ, ਉਹ ਪਹਿਲੇ 2-3 ਦਿਨਾਂ ਦੇ ਵਿੱਚ ਹੀ ਬਣ ਗਈ ਸੀ, ਕਿਉਂਕਿ ਸ਼ਾਂਤ ਸੁਭਾਅ ਦਾ ਜਿੰਨਾ ਜਾਨਵਰ ਹੁੰਦਾ ਉਹ ਆਪਦੇ ਮਾਲਕ ਨਾਲ ਬੌਂਡਿੰਗ ਆ ਜਿਹੜੀ ਬਹੁਤ ਜਲਦੀ ਬਣਾ ਲੈਂਦਾ। ਕਈ ਜਾਨਵਰ ਮਾਲਕ ਮੰਨਦੇ ਹੁੰਦੇ ਆ, ਜਿਵੇਂ ਦੂਜੇ ਬੰਦੇ ਨੂੰ ਆਮ ਘੂਰਦੇ ਹੁੰਦੇ ਆ, ਪਰ ਕਈ ਜਾਨਵਰਾਂ ਦਾ ਕੀ ਹੁੰਦਾ, ਠੰਡਾ ਮਤਾ ਹੁੰਦਾ ਬਿਲਕੁਲ, ਉਹ ਕਿਸੇ ਵੀ ਬੰਦੇ ਨਾਲ ਬਹੁਤ ਜਲਦੀ ਘੁਲ ਮਿਲ ਜਾਂਦੇ। ਅਤੇ ਦੇਖੋ ਰਾਵੀ ਨੇ ਵੀ ਪੂਰੀ ਛੂਟ ਛੱਡਤੀ, ਅਤੇ ਗੋਪੀ ਨੇ ਨਾ ਤਾਂ ਸੈਡਲ ਪਾਈ ਹੋਈ ਸੀ ਅਤੇ ਨਾ ਹੀ ਕਾਠੀ ਵਗੈਰਾ ਪਾਈ ਹੋਈ ਸੀ। ਜਦੋਂ ਮੈਂ ਗੋਪੀ ਨੂੰ ਰਾਈਡ ਆਫਰ ਕੀਤੀ ਵੀ ਆ ਜਾ ਚੱਲ ਆਪਾਂ ਦੋਵੇਂ ਇਕੱਠੇ ਚੱਲਦੇ ਹਾਂ, ਕਹਿੰਦਾ ਕੋਈ ਗੱਲ ਨਹੀਂ ਵੀਰੇ, ਕਿਉਂਕਿ ਇੰਨਾ ਟਾਈਮ ਨਹੀਂ ਹੈਗਾ ਸੀ, ਘੋੜਾ ਮੇਰਾ ਪੂਰਾ ਗਰਮ ਹੋਇਆ ਹੋਇਆ ਸੀ ਕਿਉਂਕਿ ਰਾਈਡ ਕਰ ਰਿਹਾ ਸੀ, ਨਾ ਮੈਂ ਜ਼ਿਆਦਾ ਟਾਈਮ ਰੁਕ ਸਕਦਾ ਸੀ ਉੱਥੇ। ਤਾਂ ਗੋਪੀ ਨੇ ਕੀ ਕਰਿਆ, ਐਵੇਂ ਛਾਲ ਮਾਰੀ ਬੱਬਰ ਸ਼ੇਰ ਨੇ, ਅਤੇ ਐਵੇਂ ਅਸੀਂ ਨੇ ਵਧੀਆ ਰਾਈਡ ਕੀਤੀ। ਪਰ ਇਹਨੇ ਜਿੰਨੀ ਵੀ ਰਾਈਡ ਕਰਕੇ ਆਇਆ ਵਧੀਆ ਤੁਰੀ, ਅਤੇ ਰਾਵੀ ਇਹ ਕਹਿੰਦਾ ਵੀ ਇਕੱਲੀ ਕਈ ਵਾਰ ਨਹੀਂ ਤੁਰਦੀ ਹੁੰਦੀ, ਪਰ ਘੋੜੇ ਦੇ ਚੱਕਰ 'ਤੇ ਵੀ ਚੱਲੇ ਜਾਨਵਰ ਦਾ ਸਾਥ ਹੁੰਦਾ ਤਾਂ ਇਹ ਤੁਰੀ ਗਈ ਨਾਲ ਦੀ ਨਾਲ। ਅਤੇ ਆਹ ਦੇਖੋ ਪੈਰ ਪੂਰ ਸੋਹਣਾ ਚੱਕਦਾ, ਥੋੜ੍ਹਾ ਜਿਹਾ ਵਜਨ ਪੈਣ ਦੀ ਕਮੀ ਹੈ, ਇੱਕ ਇਹਦੇ ਪੈਰ ਬਣਵਾਉਣ ਵਾਲੇ ਹੋ ਰਹੇ ਆਪਣੇ ਘੋੜੇ ਦੇ, ਉਹ ਵੀ ਅੱਗੇ ਫੈਰੀਅਰ ਭਰਾ ਤੋਂ ਕਿਸੇ ਤੋਂ ਆਪਾਂ ਬਣਵਾਵਾਂਗੇ, ਇਹਦੇ ਪੈਰ ਬਣਿਆ ਨੂੰ ਕਾਫੀ ਟਾਈਮ ਲਾਇਆ ਹੋਇਆ। ਅਤੇ ਰਸਤੇ ਦੇ ਵਿੱਚ ਜਿੱਥੇ ਪੱਕਾ ਆਉਂਦਾ ਸੀ ਉੱਥੋਂ ਉੱਥੇ ਕਲਿੱਪ ਲਏ ਹੋਏ ਨੇ ਜ਼ਿਆਦਾ, ਪਰ ਅਸੀਂ ਜਿਵੇਂ ਰੋਡ ਦੇ ਨਾਲ ਜਿੱਥੇ ਵੀ ਕਿਤੇ ਕੱਚਾ ਆਉਂਦਾ ਉੱਥੇ ਕੱਚੇ ਦੇ ਕਰ ਲੈਂਦੇ ਸੀ। ਜਿਹੜੇ ਕੱਚੇ ਰਾਹ ਨੇ ਆਫ ਰੋਡ, ਉਹਨਾਂ ਦੀ ਅੱਜ ਕੱਲ੍ਹ ਇੱਕ ਮੇਨ ਪ੍ਰੋਬਲਮ ਇਹ ਆ ਵੀ ਟੋਏ ਬਹੁਤ ਜ਼ਿਆਦਾ ਹੁੰਦੇ ਆ। ਉਹਦਾ ਕੀ ਕਾਰਨ ਹੁੰਦਾ, ਜਦੋਂ ਜਾਨਵਰ ਥੋੜ੍ਹੀ ਸਪੀਡ 'ਤੇ ਹੋ ਜਾਂਦਾ, ਸਪੀਡ 'ਤੇ ਹੋਣ ਕਰਕੇ ਉੱਚਾ ਨਹੀਂ ਮਾਜੇ, ਤਾਂ ਪ੍ਰੋਬਲਮ ਆ ਜਾਂਦੀ ਹੈ, ਮਸਲ ਵਗੈਰਾ ਖਿੱਚਿਆ ਜਾਂਦਾ, ਜਾਨਵਰ ਲੰਗ ਦਿਖਾਉਣ ਲੱਗ ਜਾਂਦਾ। ਅਤੇ ਪੱਕੇ ਰਾਹ 'ਤੇ ਤੁਹਾਨੂੰ ਪਤਾ ਵੈਸੇ ਵੀ ਜ਼ਿਆਦਾ ਜਾਨਵਰ ਤੋਰਨਾ ਨਹੀਂ ਚਾਹੀਦਾ, ਪਰ ਮੈਂ ਇਹਦੀ ਜਦ ਰਾਈਡਿੰਗ ਪੂਰੀ ਕੀਤੀ ਆ, ਮਾਲਿਸ਼ ਵਗੈਰਾ ਬਾਅਦ ਦੇ ਵਿੱਚ ਐਨ ਪ੍ਰੋਪਰ ਕਰਕੇ ਇਹਦੀ ਸਟੈਚਿੰਗ ਜਿਵੇਂ ਆਪਾਂ ਕਰਦੇ ਹੁੰਦੇ ਹਾਂ ਉਸ ਹਿਸਾਬ ਨਾਲ ਇਹਦੀ ਸਟੈਚਿੰਗ ਕੀਤੀ ਆ ਮੈਨੇ, ਵੀ ਜਾਨਵਰ ਨੂੰ ਦੂਜੇ ਦਿਨ ਕੋਈ ਤਕਲੀਫ ਨਾ ਹੋਵੇ। ਅਤੇ ਉਹੀ ਗੱਲ ਪਹਿਲਾਂ ਜਿਵੇਂ ਮੈਂ ਦੱਸਿਆ ਵੀ ਪਹਿਲਾਂ ਘੱਟ ਰਾਈਡ ਕਰਦੇ ਰਹੋ, 2-3 ਕਿਲੋਮੀਟਰ, ਮੈਂ ਇਹਦੀ 5 ਕਿਲੋਮੀਟਰ ਤੋਂ ਆਸਟ੍ਰੇਲੀਆ ਨਾਲ ਜਾਊਂਗੀ ਇਹਦੀ ਰਾਈਡ ਸਟਾਰਟ ਕੀਤੀ ਸੀ, ਅਤੇ ਹੁਣ ਇਹ 17-18 ਕਿਲੋਮੀਟਰ ਤੁਰ ਕੇ ਵੀ ਮਤਲਬ ਐਂ ਪ੍ਰੋਪਰ ਰਹਿੰਦਾ, ਇਹਨੂੰ ਕੋਈ ਐਂ ਮਹਿਸੂਸ ਨਹੀਂ ਹੁੰਦਾ ਵੀ ਹਾਂ ਮੈਂ ਰਾਈਡਿੰਗ ਕਰਾਈ ਆ, ਅਤੇ ਵਧੀਆ ਤੁਰਦਾ ਇਹ ਨਜ਼ਾਰੇ ਨਾਲ। ਪਰ ਜਿਹੜੀ ਰਾਈਡਿੰਗ ਦਾ ਨਜ਼ਾਰਾ ਘੋੜੇ ਦਿੰਦੇ ਆ ਯਾਰ, ਉਹ ਅਲੱਗ ਹੀ ਆ, ਬਹੁਤ ਮਜ਼ਾ ਆਉਂਦਾ। ਇਹਦੇ ਨਾਲ ਤੁਸੀਂ ਇਹ ਦੇਖ ਲਓ ਵੀ ਆ ਹੁਣ ਜਿਵੇਂ ਮਈ ਦਾ ਅਤੇ ਜੂਨ ਦਾ ਮਹੀਨਾ, ਹੁਣ ਆਪਾਂ ਝੋਨਾ ਵੀ ਅਜੇ ਠਹਿਰ ਕੇ ਲਾਉਣਾ ਹੋਊਗਾ ਹੈ ਨਾ, ਅਤੇ ਆਪਣੀ ਕਣਕਾਂ ਤੂੜੀਆਂ ਸਾਂਭ ਗਈਆਂ, ਮੇਰੀ ਤਾਂ ਜੇ ਭਾਈ ਪਰ ਤੂੜੀ ਹੋਣੀ ਬਾਕੀ ਆ, ਜਦੋਂ ਤੂੜੀ ਹੋ ਗਈ ਸਵੇਰੇ ਸ਼ਾਮ ਬਿਲਕੁਲ ਵਿਹਲੇ ਹੋਇਆ ਕਰਾਂਗੇ, ਜਲਦੀ ਉੱਠਣਾ ਅਤੇ ਕਾਠੀ ਪਾਉਣੀ, ਆਪਦਾ ਲੰਮਾ ਲੰਘ ਜਾਣਾ। ਇਹ ਬਹੁਤ ਸੋਹਣਾ ਸਮਾਂ ਜਿਹੜਾ ਆਪਣਾ ਲੰਘਦਾ ਇਹਨਾਂ ਨਾਲ, ਅਤੇ 2 ਮਹੀਨੇ ਆਪਾਂ ਨੂੰ ਪੂਰੀ ਮੌਜ ਰਹੂਗੀ ਐਂ ਵਧੀਆ। ਪਰ ਰਾਈਡ ਇਹ ਦਿਨਾਂ 'ਚ ਸਵੇਰੇ ਸ਼ਾਮ ਹੀ ਕਰਾਂਗੇ। ਤੁਸੀਂ ਮੌਸਮ ਦੇਖੋ ਉੱਪਰ ਕਾਲੀ ਘੱਟਾ ਛਾਈ ਹੋਈ ਆ, ਵੈਸੇ ਚਲੋ ਇੰਨਾ ਕੁ ਹੈ ਪਰਮਾਤਮਾ ਕਰਕੇ ਵੀ ਆਪਣੀਆਂ ਕਣਕਾਂ ਸਾਂਭੀਆਂ ਗਈਆਂ, ਤੂੜੀਆਂ ਕਈਆਂ ਦੀਆਂ ਰਹਿੰਦੀਆਂ ਨੇ, ਤੂੜੀ ਦਾ ਕੋਈ ਗੱਲ ਨਹੀਂ, 4 ਛਿੱਟੇ ਜੇ ਪੈ ਵੀ ਜਾਣਗੇ ਕੁਦਰਤ ਦੇ ਕੋਈ ਗੱਲ ਨਹੀਂ, ਤਾਂ 4 ਪੰਡਾਂ ਘੱਟ ਹੋ ਜਾਣਗੀਆਂ, ਪਰ ਇਹੀ ਹੁੰਦਾ ਆਪਣੇ ਸਾਲ ਭਰ ਦੇ ਦਾਣੇ ਹੁੰਦੇ ਆ ਉਹ ਸਾਂਭੇ ਜਾਣ। ਅਤੇ ਅਸੀਂ ਇੱਧਰ ਮੰਡੀ ਆ ਜਿੱਥੇ ਆਪਣੀ ਨਾਲ ਪਿੰਡ ਪੈਂਦਾ, ਉੱਥੇ 2-3 ਪਿੰਡ ਛੱਡ ਕੇ ਆਪਣੀ ਕਣਕ ਕੇਰੀ ਆ, ਅਤੇ ਇਸੇ ਦੇ ਉੱਪਰ ਮੈਂ ਗੇੜਾ ਮਾਰਿਆ ਹੁੰਦਾ, ਹਰ ਰੋਜ਼ ਹੀ ਜਾਂਦਾ ਤਕਰੀਬਨ, ਹੁਣ ਮੈਂ ਅੱਜ ਬਲੌਗ ਦੇ ਵਿੱਚ ਅਸੀਂ ਨੇ ਸ਼ੂਟ ਕਰ ਲਏ, ਅਤੇ ਰਹਿਣ ਗੇੜਾ ਮਾਰ ਕੇ ਮੰਡੀ ਮੁੰਡੀ 'ਚ, ਇੱਥੋਂ ਫਿਰ ਅਗਲੇ ਪਿੰਡ ਨੂੰ ਲੰਘ ਜਾਂਦੇ ਹੁੰਦੇ ਅਸੀਂ। ਅਤੇ ਕੱਚੇ ਰਾਹ ਬਹੁਤ ਘੱਟ ਨੇ, ਜਿਹੜੀ ਆਪਣੇ ਕੋਲੋਂ ਭਾਖੜਾ ਨਹਿਰ ਆ ਆਪਣੀ ਪਟਿਆਲੇ ਤੋਂ ਸਮਾਣਾ ਲੰਘਦੀ, ਆਪਣੇ ਤੋਂ 1.5-2 ਕਿਲੋਮੀਟਰ ਨਹਿਰ ਆਏ, ਅਤੇ ਕੋਸ਼ਿਸ਼ ਕਰਿਆ ਕਰਾਂਗੇ ਆਪਾਂ ਨਹਿਰ 'ਤੇ ਵੀ ਰਾਈਡ ਕਰਿਆ ਕਰਾਂਗੇ, ਪਰ ਜਦੋਂ 2-3 ਜਾਨਵਰ ਹੋਣ ਉਹਦਾ ਅਲੱਗ ਹੀ ਨਜ਼ਾਰਾ।
ਇਕੱਲੇ ਬੰਦੇ ਦਾ ਮਾਂਝਾ ਨਹੀਂ ਲੱਗਦਾ, ਜਦੋਂ 3-4 ਜਣੇ ਹੁੰਦੇ ਆ ਤਾਂ ਗੱਲਾਂ ਬਾਤਾਂ ਕਰਦੇ, ਪਤਾ ਹੀ ਨਹੀਂ ਚੱਲਦਾ ਵੀ ਰਾਈਡ ਆ ਜਿਹੜੀ ਉਹ ਆਪਣੀ ਕਦੋਂ ਕੰਪਲੀਟ ਹੋ ਗਈ। ਅਤੇ ਦੂਜੀ ਗੱਲ, ਜਦੋਂ ਇਕੱਠੇ ਜਾਨਵਰ ਹੁੰਦੇ ਆ ਤਾਂ ਜਾਨਵਰ ਵੀ ਰਾਈਡ ਨੂੰ ਇੰਜੋਏ ਕਰਦੇ ਆ, ਇਕੱਲਾ ਜਾਨਵਰ ਫਿਰ ਵੀ ਦੇਖ ਲੈਂਦਾ ਸਟ੍ਰੈਸ 'ਚ ਹੁੰਦਾ ਜਾਂ ਜਿਵੇਂ ਵੀ ਆ ਨਵੇਂ ਰਾਹ 'ਤੇ। ਪਰ ਜਦੋਂ 3-4 ਜਾਨਵਰ ਇਕੱਠੇ ਹੁੰਦੇ ਆ, ਜਿਵੇਂ ਬੰਦੇ ਇੰਜੋਏ ਕਰਦੇ ਆ ਰਾਈਡ ਨੂੰ ਤੋਰੇ ਫੇਰੇ ਨੂੰ ਬਾਹਰ ਘੁੰਮਣ ਨੂੰ, ਉਸੇ ਤਰ੍ਹਾਂ ਹੀ ਘੋੜੇ ਇੰਜੋਏ ਕਰਦੇ ਆ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਹਾਂ ਆਪਾਂ ਰਾਈਡ 'ਤੇ ਜਾ ਰਹੇ ਹਾਂ, ਨਵੇਂ ਰਾਹ 'ਤੇ ਵੀ ਜਾ ਰਹੇ ਹਾਂ, ਆਪਾਂ ਗਰੁੱਪ ਜਾਂ ਆਪਾਂ ਨੂੰ ਕੀ ਮਿਲ ਰਿਹਾ। ਵੈਸੇ ਇਹ ਜਾਨਵਰ ਤੁਹਾਨੂੰ ਪਤਾ ਹੀ ਹੈ ਬਹੁਤ ਸਮਝਦਾਰ ਆ, ਅਤੇ ਆ ਹੌਲੀ ਹੌਲੀ ਜਿਹੜਾ ਹਨੇਰਾ ਵੱਧਦਾ ਜਾ ਰਿਹਾ ਸੀਗਾ, ਅਤੇ ਉਸ ਤੋਂ ਬਾਅਦ ਗੋਪੀ ਦਾ ਤਾਂ ਪਿੰਡ ਨੇੜੇ ਆ ਕੇ ਗੋਪੀ ਨੂੰ ਉੱਥੇ ਮੈਂ ਰੁਕ ਕੇ ਉੱਥੇ ਰੁਕ ਗਿਆ, ਅਤੇ ਉਸ ਤੋਂ ਬਾਅਦ ਮੈਂ ਫਿਰ ਅੱਗੇ ਘੂੜੀ ਪਾ ਲਈ ਸੀਗੀ। ਗੋਪੀ ਦਾ ਪਿੰਡ ਹੈ ਜੀ ਅੱਗੇ ਆਉਣਾ। ਆ ਬਿਜਲੀ ਲਿਸ਼ਕਦੀ ਦੇਖੋ ਤੁਸੀਂ ਕੈਮਰੇ 'ਚ ਕਿੰਨੀ ਸੋਹਣੀ ਲੱਗ ਰਹੀ ਆ, ਇਹ ਮੌਸਮ ਆ, ਵਿਊ ਆ, ਤੁਹਾਨੂੰ ਕੈਮਰੇ 'ਚ ਦੇਖ ਕੇ ਜੇ ਆਨੰਦ ਆ ਰਿਹਾ ਹੋਣਾ, ਜਦ ਆਪਾਂ ਕੁਦਰਤ ਨੂੰ ਇਹਦੇ ਆਨੰਦ ਨੂੰ ਲਾਈਵ ਮੰਨਦੇ ਹਾਂ, ਬਿਲਕੁਲ ਐਨ ਉਹ ਹਵਾ ਜਿਹੜੀ ਆਪਾਂ ਨੂੰ ਛੋਹ ਕੇ ਲੰਘੀ ਆ, ਠੰਡੀ ਹਵਾ ਪਿਆਰੀ, ਤਾਂ ਕਿੰਨਾ ਕੁ ਸਵਾਦ ਆਉਂਦਾ ਹੋਊਗਾ ਯਾਰ। ਅਤੇ ਆ ਘੋੜਾ ਦੇਖੋ ਐਂ ਤੁਰਦਾ ਜਾਂਦਾ ਸੀ ਪੂਰਾ ਨਜ਼ਾਰੇਦਾਰ, ਵਿੱਚ ਨੂੰ ਟੈਂਟਰ ਟਰੋਟ ਵੀ ਹੋ ਜਾਂਦਾ ਸੀ, ਪਰ ਜਿਵੇਂ ਇਹਦਾ ਮਨ ਕਰਦਾ ਸੀ ਮੈਂ ਇਹਨੂੰ ਚਲਾਈ ਜਾਂਦਾ ਸੀ ਵੀ ਚੱਲ ਮਿੱਤਰਾ ਜਿਵੇਂ ਤੈਨੇ ਚੱਲਣਾ। ਅਤੇ ਬਹੁਤ ਵਧੀਆ ਲੱਗਿਆ, ਇਹਦਾ ਨਾਮ ਵੀ ਮੈਂ ਸੋਚੀ ਜਾਂਦਾ, ਜੇ ਕਿਸੇ ਸੱਜਣ ਮਿੱਤਰ ਨੂੰ ਚੰਗਾ ਲੱਗਿਆ ਬਾਈ ਤੁਸੀਂ ਦੱਸ ਦਿਓ, ਜਿਹੜਾ ਵੀ ਘੈਂਟ ਜਿਹਾ ਲੱਗਿਆ ਰੱਖ ਦਾਂਗੇ, ਕਿਉਂਕਿ ਇਹਦਾ ਬਾਪੂ ਪ੍ਰਿੰਸ ਡੋਟ, ਦਾਦਾ ਰਾਜੂ ਡੋਟ, ਮੈਨੂੰ ਇਹ ਜੇ ਨਾਲ ਕੁਛ ਟੱਚ ਜੇ ਹੁੰਦਾ ਰਹੇ ਜੇ ਨਾਮ ਚੰਗੀ ਗੱਲ, ਨਹੀਂ ਜੋ ਵੀ ਹੋਇਆ ਨਾਮ ਆਪਾਂ ਉਹ ਰੱਖ ਦਾਂਗੇ ਇਹਦਾ ਨਾਮ। ਅਤੇ ਪਿੱਛੇ ਨਾਮ ਹੈਗਾ ਸੀ ਇਹਦਾ ਜ਼ਰੂਰ ਰੱਖਿਆ ਹੋਇਆ, ਪਰ ਮੈਨੂੰ ਸੂਟ ਜਿਹਾ ਨਹੀਂ ਕਰਿਆ। ਆਪਾਂ ਨੂੰ ਨਾਮ ਉਹ ਰੱਖਣਾ ਚਾਹੀਦਾ ਜਿਹੜਾ ਆਪਣੇ ਘੋੜੇ ਨੂੰ ਮਨ ਸੂਟ ਕਰਦਾ ਹੋਵੇ, ਹੈ ਨਾ, ਉਸ ਹਿਸਾਬ ਨਾਲ। ਦੇਖੋ ਹਨੇਰਾ ਵਧੀਆ ਪੈ ਗਿਆ ਸੀ, ਜਾਂਦੇ ਕਰਦੇ ਲਾਈਟਾਂ ਲੱਗ ਗਈਆਂ ਸੀਗੀਆਂ, ਪਰ ਇਹ ਬੱਬਰ ਸ਼ੇਰ ਉਸੇ ਹਿਸਾਬ ਨਾਲ। ਆਹ ਦੇਖੋ ਮੈਂ ਕੈਮਰਾ ਫੜ ਕੇ ਉੱਪਰ ਬੈਠ ਗਿਆ ਸੀ ਇਹਦੇ, ਪਰ ਇਹਨੇ ਕੋਈ ਐਂ ਲਤਬਾਜ਼ੀ ਨਹੀਂ ਕਰਦਾ, ਜਿੱਧਰ ਨੂੰ ਮੋੜੋ ਉੱਧਰ ਨੂੰ ਮੁੜ ਜਾਂਦਾ, ਵੀ ਵਧੀਆ ਨਜ਼ਾਰਾ ਹੁੰਦਾ ਰਾਈਡ ਦਾ ਯਾਰ। ਇਹ ਲੰਮੀ ਗਰਦਨ ਚੱਕ ਕੇ, ਗਰਦਨ ਵੀ ਜ਼ਿਆਦਾ ਐਂ ਨਹੀਂ ਕਿ ਵੀ ਥੱਲੇ ਸੁੱਟ ਕੇ ਰੱਖੂਗਾ, ਐਨ ਚੱਕ ਕੇ ਗਰਦਨ ਵਧੀਆ ਤਰੀਕੇ ਨਾਲ ਤੁਰਦਾ। ਅਤੇ ਇਹਨੂੰ ਜਿਵੇਂ ਹੁਣ ਆਪਣੇ ਕੰਪਿਊਟਰ ਕਰਾਮ ਹੀ ਲੱਗਣਗੇ ਅੱਗੇ ਖੇਤਾਂ ਦੇ ਵਿੱਚ, ਜਦੋਂ ਉੱਥੇ ਸਾਫ਼ ਹੋਇਆ ਕਈ ਵਾਰ 3-3-4-4 ਕਿੱਲਿਆਂ ਦਾ ਖੱਤਾ ਹੁੰਦਾ, ਉੱਥੇ ਇਹਨੂੰ ਕੈਂਟਰ ਜ਼ਰੂਰ ਭਜਾ ਕੇ ਦੇਖਾਂਗੇ, ਕੈਂਟਰ ਟਰੋਟ ਆਪਾਂ ਦੋਵੇਂ ਚਾਲਾਂ ਇਹਨੂੰ ਤੋਰ ਕੇ ਦੇਖਾਂਗੇ ਉਦੋਂ। ਜਾਂ ਦੇਖੋ ਹੁਣ ਐਨ ਆਨੰਦ ਨਾਲ ਭੱਜਿਆ ਜਾਂਦਾ, ਅਤੇ ਮੈਂ ਰਾਈਡ ਬਹੁਤ ਇੰਜੋਏ ਕੀਤੀ। ਅਤੇ ਤੁਹਾਡੇ ਨਾਲ ਵੀ ਦੇਖੋ ਮੈਂ ਬਹੁਤ ਗੱਲਾਂ ਕਰ ਲਈਆਂ, ਕਾਫ਼ੀ ਟਾਈਮ ਹੋ ਗਿਆ ਗੱਲਾਂ ਕਰਦਿਆਂ ਨੂੰ, ਤਕਰੀਬਨ 18-19 ਮਿੰਟ ਦੀ ਵੀਡੀਓ ਸੀ। ਮੈਂ ਪਹਿਲਾਂ ਜਦੋਂ ਸਟਾਰਟਿੰਗ 'ਚ ਸੋਚਿਆ ਵੀ ਯਾਰ ਇੰਨੀ ਲੰਮੀ ਵੀਡੀਓ ਨੂੰ ਓਵਰ ਵੋਇਸ ਦੇਣੀ ਬਹੁਤ ਔਖੀ ਆ, ਸਾਹ ਚੜ੍ਹ ਜਾਂਦਾ ਇੱਕ ਤਰ੍ਹਾਂ ਦਾ, ਵਿੱਚੋਂ ਕਈ ਦੋਸਤਾਂ ਨੂੰ ਲੱਗਿਆ ਵੀ ਹੋਣਾ। ਪਰ ਜਦੋਂ ਹੁਣ ਮੈਂ ਇਹਨੂੰ ਘੋੜੇ ਨੂੰ ਦੇਖ ਕੇ ਇਹਦੇ ਬਾਰੇ ਗੱਲਾਂ ਕਰ ਰਿਹਾ, ਤਾਂ ਮੈਨੂੰ ਜਿਹੜੇ 18-19 ਮਿੰਟ ਆ ਉਹ ਵੀ 5-7 ਸਕਿੰਟ ਵਰਗੇ ਲੱਗਦੇ, ਕਿਉਂਕਿ ਬਹੁਤ ਆਨੰਦ ਦਿੰਦੀ ਹੈ ਇਹਦੀ ਰਾਈਡ ਘੋੜੇ ਦੀ। ਅਤੇ ਮੈਂ ਇਹਦੇ ਗੋਡੀਆਂ ਹੱਥ ਪੈਰੀਆਂ ਹੱਥ ਜ਼ਰੂਰ ਲਾਉਂਦੇ ਹੁੰਦੇ ਹਾਂ, ਕਿਉਂਕਿ ਗੁਰੂ ਮਹਾਰਾਜ ਦੀ ਸਵਾਰੀ ਆ। ਅਤੇ ਇਹ ਬਸ ਜੋ ਵੀ ਯਾਰ ਇਹਨਾਂ ਬਾਰੇ ਕਹੀਏ ਨਾ, ਇਹਨਾਂ ਦੀ ਤਾਰੀਫ 'ਚ ਉਹੀ ਘੱਟ ਹੁੰਦਾ ਹੈ ਨਾ। ਇਹਨਾਂ ਨੂੰ ਗੋਡੀ ਹੱਥ ਲਾ ਕੇ ਚੜ੍ਹਨ ਅਤੇ ਉਤਰਨਾ ਤਾਂ ਜ਼ਰੂਰੀ ਆ ਵੀ ਇਹ ਆਪਾਂ ਨੂੰ ਇੱਕ ਤਰ੍ਹਾਂ ਦੀ ਸਵਾਰੀ ਬਖਸ਼ੀ ਗਈ ਆ ਪਰਮਾਤਮਾ ਵੱਲੋਂ, ਹੈ ਨਾ। ਅਤੇ ਇਹਨਾਂ ਦੇ ਮਾਣ ਸਨਮਾਨ 'ਚ ਕਹਿ ਲਓ ਤੁਸੀਂ, ਕਿਉਂਕਿ ਸਿੰਘ ਨੇ ਜਿਹੜੇ ਉਹ ਤਾਂ ਉੱਪਰ ਜੁੱਤੀ ਜਾਂ ਚੱਪਲ ਪਾ ਕੇ ਚੜ੍ਹਦੇ ਨੇ, ਚਲੋ ਆਪਣਾ ਹੋਰ ਹਿਸਾਬ ਕਿਤਾਬ ਆਪਾਂ ਚੜ੍ਹ ਜਾਣਾ, ਉਹ ਇੰਨੀ ਕੁ ਕੇਅਰ ਕਰਦੇ ਆ। ਦੇਖੋ ਪੂਰਾ ਹਨੇਰਾ ਹੋ ਗਿਆ ਸੀ, ਆਪਣੀ ਵਾਪਸੀ ਹੋ ਗਈ ਆ ਗਏ। ਸਾਰੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਜਿਹੜੇ ਸੱਜਣ ਇੰਨੀ ਦੂਰ ਤੱਕ ਵੀਡੀਓ ਦੇਖਣ ਆਏ ਨੇ ਸ਼ੇਅਰ ਸ਼ੁਰੂ ਜ਼ਰੂਰ ਮਾਰ ਦਿਓ, ਕਮੈਂਟ ਕਰ ਦਿਓ। ਅਤੇ ਹੁਣ ਮੈਂ ਕੋਸ਼ਿਸ਼ ਕਰੂੰ ਵੀ ਬਲੌਗ ਡੇਲੀ ਲੈ ਕੇ ਆਵਾਂ। ਧੰਨਵਾਦ ਸਾਰੇ ਦੋਸਤਾਂ ਦਾ ਬਹੁਤ ਬਹੁਤ।